ਸਤਿ ਸ਼੍ਰੀ ਅਕਾਲ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੀ ਪਸੰਦ ਦੇ ਵਿੱਚ। ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਦਬਾਓ ਤਾਂ ਕਿ ਸਾਡੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਜੋ ਤੁਹਾਡੇ ਤੱਕ। ਹਾਂਜੀ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਬਾਜ਼ਾਰ ਦੇ ਵਿੱਚ। ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ, ਉਹ 7867661625। ਤੁਹਾਡੇ ਕੋਲ ਕੋਈ ਵੀ ਖੇਤੀਬਾੜੀ ਵਾਲੇ ਸੰਦ ਕਾਰ ਜੀਪ ਗੱਡੀ ਬਕਾਊ ਹੈ ਉਹਦੀ ਐਡ ਆਪਣੇ ਚੈਨਲ ਟਰੈਕਟਰ ਬਾਜ਼ਾਰ 'ਤੇ ਦੇਣਾ ਚਾਹੁੰਦੇ ਹੋ, ਉਸ ਦੀਆਂ 5 ਤੋਂ 6 ਫੋਟੋਆਂ ਅਤੇ ਬਾਕੀ ਬਣ ਦੀ ਜਾਣਕਾਰੀ ਟਾਇਰਾਂ ਦੀ ਕੰਡੀਸ਼ਨ ਵਗੈਰਾ ਅਤੇ ਮਾਡਲ ਰੇਟ ਏਰੀਆ ਨੰਬਰ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਲਵਾ ਸਕਦੇ ਹੋ। ਹਾਂਜੀ ਵੀਰੋ ਕਿਸੇ ਵੀ ਚੀਜ਼ ਦੀਆਂ ਫੋਟੋਆਂ ਐਡ ਵਾਸਤੇ ਭੇਜੋ, ਰੇਟ ਮਾਰਕੀਟ ਵੈਲਿਊ ਸਾਰ ਲਈ ਭੇਜਿਆ ਕਰੋ, ਜ਼ਿਆਦਾ ਰੇਟ ਨਾ ਭੇਜਿਆ ਕਰੋ। ਹਾਂਜੀ ਵੀਰੋ ਹੁਣ ਆਪਾਂ ਗੱਲ ਕਰਿਆ ਸਵਰਾਜ 855 ਬਾਰੇ। ਇਹ ਟਰੈਕਟਰ ਵੀਰੋ 2010 ਮਾਡਲ ਹੈ। ਟਾਇਰਾਂ ਦੀ ਕੰਡੀਸ਼ਨ ਜੇਕਰ ਆਪਾਂ ਗੱਲ ਕਰੀਏ ਟਰੈਕਟਰ ਦੇ, ਮਾਂਗਲੇ ਟਾਇਰ 60 ਪੈਸੇ ਨੇ, ਅਗਲੇ ਟਾਇਰ 80 ਪੈਸੇ ਨੇ। ਸਾਫ਼ ਸੁਥਰੇ ਵਧੀਆ ਕੰਡੀਸ਼ਨ ਦੇ ਵਿੱਚ ਪੱਕੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ। ਬਾਕੀ ਕਲੋਸਕਰ ਦਾ ਇੰਜਨ ਹੈ ਟਰੈਕਟਰ ਦੇ ਵਿੱਚ, ਇੰਜਨ ਗੇਅਰ ਜਮਾਂ ਬਿਲਕੁਲ ਓਕੇ ਹੈ, ਫੁੱਲ ਗਰੰਟੀ ਹੈ ਟਰੈਕਟਰ ਦੇ ਮਾਲਕ ਵੱਲੋਂ ਇੰਜਨ ਗੇਅਰ ਦੀ। ਟਰੈਕਟਰ ਨੂੰ ਖਰੀਦਣ ਸਮੇਂ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਦੇਖ ਸਕਦੇ ਹੋ। ਬਾਕੀ ਰੰਗ ਪੇਂਟ ਦੀ ਗੱਲ ਕਰੀਏ, ਓਰੀਜਨਲ ਰੰਗ ਪੇਂਟ ਟਰੈਕਟਰ ਦਾ, ਕੋਈ ਰੰਗ ਪੇਂਟ ਨਹੀਂ ਹੋਇਆ, ਕੋਈ ਡੈਮੇਜ ਵਗੈਰਾ ਨਹੀਂ, ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਸਾਰਾ। ਬਾਕੀ ਮਗਰੈਡ ਵਗੈਰਾ, ਹੁੱਕ ਬੰਪਰ ਵਗੈਰਾ ਵਧੀਆ ਕੰਡੀਸ਼ਨ ਦੇ ਵਿੱਚ ਪਏ ਨੇ। ਸਿੰਪਲ ਸਟੀਅਰਿੰਗ ਹੈ ਟਰੈਕਟਰ ਅਤੇ ਡਬਲ ਕਲੱਚ ਹੈ, 6 'ਚ ਰੀ ਹੈ, PTO 540 ਚੱਕਰ ਦੇ ਉੱਪਰ ਹੈ। ਬਾਕੀ 4500 ਘੰਟੇ ਟਰੈਕਟਰ ਸਾਰਾ ਚੱਲਿਆ ਹੋਇਆ ਅਤੇ ਬਾਕੀ ਟਰੈਕਟਰ ਦੀ ਫੁੱਲ ਗਰੰਟੀ, ਟਰੈਕਟਰ ਦੇ ਮਾਲਕ ਗੁਰੂ ਸਾਰੇ ਟਰੈਕਟਰ ਦੀ, ਕਿਤੋਂ ਕੋਈ ਰੰਗ ਪੇਂਟ ਨਹੀਂ ਹੋਇਆ, ਕਿਤੋਂ ਰੰਗ ਪੇਂਟ ਲਿਆ ਨਹੀਂ ਹੋਇਆ, ਵਧੀਆ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਹੋਇਆ ਟਰੈਕਟਰ ਦਾ ਸਾਰਾ। ਬਾਕੀ ਰੇਟ ਬਾਰੇ ਗੱਲ ਕਰੀਏ ਤਾਂ ਮੇਰਾ ਨੇ ਰੇਟ ਰੱਖਿਆ ਟਰੈਕਟਰ ਦਾ 3,80,000 ਰੁਪਇਆ, ਬਾਕੀ ਮੌਕੇ 'ਤੇ ਘੱਟ ਹੋਜੂਗਾ। ਅਤੇ ਬਿਰਾਂ ਦਾ ਏਰੀਆ ਜੋ ਉਹ ਜ਼ਿਲ੍ਹਾ ਸੰਗਰੂਰ ਦੇ ਵਿੱਚ ਘਨੌਰੀ ਕਲਾਂ ਪਿੰਡ ਆ ਉਹਨਾਂ ਦਾ। ਬਾਕੀ ਬਿਰਾਂ ਦਾ ਮੋਬਾਇਲ ਨੰਬਰ ਹੈ, ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋਹਰ ਹੈ, ਇੱਥੋਂ ਨੋਟ ਕਰਕੇ ਮੇਰੇ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ। ਟਰੈਕਟਰ ਸੰਬੰਧੀ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਇਸੇ ਨੰਬਰ 'ਤੇ ਉਹਨਾਂ ਨਾਲ ਕੰਟੈਕਟ ਕਰਕੇ ਬਾਕੀ ਜਾਣਕਾਰੀ ਟਰੈਕਟਰ ਬਾਰੇ ਪ੍ਰਾਪਤ ਕਰ ਸਕਦੇ ਹੋ। ਬਾਕੀ ਟਰੈਕਟਰ ਦੇ ਕਾਗਜ਼ ਪੱਤਰ ਵਗੈਰਾ ਮੌਕੇ ਦੇ ਸਾਰੇ ਪੂਰੇ ਮਿਲਣਗੇ, ਕਾਪੀ ਕੁਪੀ ਵਗੈਰਾ ਸਾਰੇ ਕਾਗਜ਼ ਪੱਤਰ ਪੂਰੇ ਨੇ ਟਰੈਕਟਰ ਦੇ। ਬਾਕੀ ਮੌਕੇ ਤੁਸੀਂ ਜ਼ਿਆਦਾ ਚੈੱਕ ਕਰ ਸਕਦੇ ਹੋ। ਕਲੋਸਕਰ ਇੰਜਨ ਹੈ, ਕੋਈ ਲੀਕੇਜ ਵਗੈਰਾ ਟਰੈਕਟਰ ਦੇ ਵਿੱਚ, ਪੂਰੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ। ਹਾਂਜੀ ਵੀਰੋ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ, ਜਲਦੀ ਜਲਦੀ ਵੀਡੀਓ ਨੂੰ ਜਲਦ ਤੋਂ ਜਲਦ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਵੀਰਾਂ ਤੱਕ ਇਹ ਵੀਡੀਓ ਨਹੀਂ ਪਹੁੰਚੀ ਜਲਦ ਤੋਂ ਜਲਦ ਉਹਨਾਂ ਤਾਂ ਇਹ ਵੀਡੀਓ ਪਹੁੰਚ ਸਕੇ ਅਤੇ ਜਿਹੜੇ ਵੀਰੇ ਚੀਜ਼ਾਂ ਨੂੰ ਖਰੀਦਣਾ ਚਾਹੁੰਦੇ ਆਪਣੀ ਐਡ ਦੇਖ ਕੇ ਚੀਜ਼ਾਂ ਨੂੰ ਖਰੀਦ ਸਕਣ। ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਸੋਨਾਲੀਕਾ 750 DI ਬਾਰੇ। ਇਹ ਟਰੈਕਟਰ ਵੀਰੋ 2008 ਮਾਡਲ ਹੈ। ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 70 ਪੈਸੇ ਟਾਇਰ ਨੇ ਟਰੈਕਟਰ ਦੇ, ਸਾਫ਼ ਸੁਥਰੇ ਬੇਦਾਗ ਪੱਕੇ ਟਾਇਰ ਨੇਗੇ। ਬਾਕੀ ਬਿਲਕੁਲ ਵਧੀਆ ਕੰਡੀਸ਼ਨ ਦੇ ਟਰੈਕਟਰ। ਰੰਗ ਪੇਂਟ ਦੀ ਗੱਲ ਕਰੀਏ ਸਾਰਾ ਓਰੀਜਨਲ ਰੰਗ ਪੇਂਟ ਟਰੈਕਟਰ ਨੂੰ, ਕਿਤੋਂ ਕੋਈ ਰੰਗ ਪੇਂਟ ਲਿਆ ਨਹੀਂ, ਕੋਈ ਰੰਗ ਪੇਂਟ ਹੋਇਆ ਨਹੀਂ ਟਰੈਕਟਰ ਦੀ, ਸ਼ੋਅ ਦੇ ਉੱਪਰ ਦੇਖ ਸਕਦੇ ਹੋ ਸਾਰਾ ਬਿਲਕੁਲ ਵਧੀਆ ਰੰਗ ਪੇਂਟ ਪਿਆ। ਬਾਕੀ ਇੰਜਨ ਗੇਅਰ ਦਾ ਬਿਲਕੁਲ ਓਕੇ ਟਰੈਕਟਰ, ਕੋਈ ਲੀਕੇਜ ਵਗੈਰਾ ਨਹੀਂ ਇੰਜਨ ਗੇਅਰ ਦੇ ਵਿੱਚ। ਟਰੈਕਟਰ ਦੇ ਮਾਲਕ ਵੀਰ ਵੱਲੋਂ ਸਾਰੇ ਟਰੈਕਟਰ ਦੀ ਫੁੱਲ ਗਰੰਟੀ ਹੈ। ਟਰੈਕਟਰ ਨੂੰ ਖਰੀਦਣ ਸਮੇਂ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ। ਪੰਜਾਬ ਨੰਬਰ ਹੈ ਟਰੈਕਟਰ, ਕਾਗਜ਼ ਪੱਤਰ ਵਗੈਰਾ ਸਾਰੇ ਬਿਲਕੁਲ ਪੂਰੇ ਨੇ, ਮੌਕੇ ਤੁਸੀਂ ਆਪਦੇ ਸਾਰੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਅਤੇ ਬਾਕੀ ਫੀਚਰ ਬਾਰੇ ਗੱਲ ਕਰੀਏ ਤਾਂ ਡਬਲ ਕਲੱਚ ਟਰੈਕਟਰ, ਰਿਵਰਸ PTO ਦੇ ਨਾਲ, ਸਾਈਡ ਗੀਅਰ ਦੇ ਵਿੱਚ, ਬ੍ਰੇਕ ਵਗੈਰਾ ਸੁੱਕੇ ਬ੍ਰੇਕ ਨੇਗੇ ਅਤੇ ਸਿੰਪਲ ਸਟੀਅਰਿੰਗ ਹੈ ਟਰੈਕਟਰ ਦਾ। ਬਾਕੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ, ਕੋਈ ਡੈਮੇਜ ਵਗੈਰਾ ਨਹੀਂ, ਕੋਈ ਟੁੱਟ ਭੱਜ ਨਹੀਂ ਹੋਈ, ਮਗਰੈਟ ਵਗੈਰਾ, ਰਿੰਬ ਬੰਪਰ ਵਗੈਰਾ ਸਾਰੇ ਵਧੀਆ ਕੰਡੀਸ਼ਨ ਦੇ ਵਿੱਚ ਪਏ ਨੇ ਅਤੇ ਕਿਸੇ ਪ੍ਰਕਾਰ ਦੀ ਨਾ ਡੀਜ਼ਲ ਵਗੈਰਾ ਦੀ ਨਾ ਬਾਕੀ ਕੋਈ ਆਇਲ ਵਗੈਰਾ ਦੀ ਲੀਕੇਜ ਹੈ। ਬਾਕੀ ਇੰਜਨ ਵਗੈਰਾ ਦੀਆਂ ਸਕਰੀਨ 'ਤੇ ਫੋਟੋਆਂ ਸ਼ੋਅ ਹੋ ਰਹੀਆਂ ਨੇ, ਇੱਥੋਂ ਸਾਰਾ ਇੰਜਨ ਵਗੈਰਾ ਤੁਸੀਂ ਦੇਖ ਸਕਦੇ ਹੋ ਅਤੇ ਕਿਸੇ ਪ੍ਰਕਾਰ ਦਾ ਕੋਈ ਲੋਨ ਵਗੈਰਾ ਟਰੈਕਟਰ ਦੇ ਉੱਪਰ, ਟਰੈਕਟਰ ਦੀ ਫੁੱਲ ਗਰੰਟੀ ਹੈ ਵੀਰਾਂ ਵੱਲੋਂ। ਅਤੇ ਬਾਕੀ ਵੀਰਾਂ ਨੇ ਰੇਟ ਰੱਖਿਆ ਟਰੈਕਟਰ ਦਾ 3,05,000 ਰੁਪਇਆ ਰੇਟ ਰੱਖਿਆ ਵੀਰਾਂ ਨੇ। ਅਤੇ ਬਾਕੀ ਵੀਰਾਂ ਦਾ ਏਰੀਆ ਜੋ ਉਹ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ, ਰੂੜੀ ਕਪੂਰਾ ਪਿੰਡ ਆ ਉਹਨਾਂ ਦਾ। ਅਤੇ ਬਾਕੀ 50 ਹੌਸ ਪਾਵਰ ਹੈ ਟਰੈਕਟਰ। ਅਤੇ ਵੀਰਾਂ ਦਾ ਮੋਬਾਇਲ ਨੰਬਰ ਜੋ ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋਅਰ ਹੈ, ਜਿੱਥੋਂ ਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ। ਬਾਕੀ ਟਾਇਰ ਟੂਰ ਵਗੈਰਾ ਬੇਦਾਗ ਸਾਫ਼ ਸੁਥਰੇ ਪੱਕੇ ਟਾਇਰ ਨੇ, ਵਧੀਆ ਕੰਡੀਸ਼ਨ ਦੇ ਵਿੱਚ। ਅਤੇ ਬਾਕੀ ਇੰਜਨ ਵਗੈਰਾ ਦਾ ਰੰਗ ਪਿੰਡ ਬਿਲਕੁਲ ਦੇਖ ਸਕਦੇ, ਵਧੀਆ ਕੰਡੀਸ਼ਨ ਦੇ ਵਿੱਚ ਪਿਆ, ਕੋਈ ਲੀਕੇਜ ਵਗੈਰਾ ਨਹੀਂ ਇੰਜਨ ਗੇਅਰ ਦੇ ਵਿੱਚ। ਹਾਂਜੀ ਵੀਰੋ ਜਿਹੜੇ ਵੀਰ ਹਾਲ ਤਾਂ ਆਪਣੇ ਚੈਨਲ 'ਤੇ ਨਵੇਂ ਨੇ, ਆਪਣੀ ਵੀਡੀਓ ਦੇ ਨੀਚੇ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਹ 'ਤੇ ਕਲਿੱਕ ਕਰਕੇ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ, ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਪਣੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ। ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਸਵਰਾਜ 735 ਬਾਰੇ। ਇਹ ਟਰੈਕਟਰ ਵੀਰੋ 1998 ਮਾਡਲ ਹੈ। ਬਾਕੀ ਕੰਡੀਸ਼ਨ ਬਾਰੇ ਗੱਲ ਕਰੀਏ, ਠੀਕ ਕੰਡੀਸ਼ਨ ਪਈ ਟਰੈਕਟਰ ਦੀ। ਟਾਇਰ 50 ਪੈਸੇ ਟਾਇਰ ਨੇ ਟਰੈਕਟਰ ਦੇ, ਸਾਫ਼ ਸੁਥਰੇ ਵਧੀਆ ਪੱਕੇ ਟਾਇਰ ਨੇਗੇ। ਬਾਕੀ ਰੰਗ ਪੇਂਟ ਦੀ ਗੱਲ ਕਰੀਏ, ਰੰਗ ਪੇਂਟ ਧੁੱਪ ਦੇ ਕਾਰਨ ਜ਼ਰੂਰ ਫੇਟ ਹੋਇਆ, ਬਾਕੀ ਸ਼ੋਅ ਵਗੈਰਾ ਦਾ ਰੰਗ ਠੀਕ ਪਿਆ। ਇੰਜਨ ਗੇਅਰ ਦਾ ਓਕੇ ਟਰੈਕਟਰ, ਇੰਜਨ ਗੇਅਰ ਦਾ ਕੰਮ ਸਾਰਾ ਹੋਇਆ ਹੋਇਆ ਅਤੇ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਵੀਰਾਂ ਵੱਲੋਂ। ਬਾਕੀ ਓਰੀਜਨਲ ਰੰਗ ਪੇਂਟ ਟਰੈਕਟਰ ਦਾ, ਕੋਈ ਰੰਗ ਪੇਂਟ ਨਹੀਂ ਹੋਇਆ।
ਟਰੈਕਟਰ ਨੂੰ ਖਰੀਦਣ ਸਮੇਂ ਤੱਕ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ। ਟਰੈਕਟਰ ਦੇ ਮਾਲਕ ਵੀਰ ਵੱਲੋਂ ਟਰੈਕਟਰ ਦੀ ਫੁੱਲ ਗਰੰਟੀ ਹੈ। ਸਵਰਾਜ 735 FE ਮਾਡਲ ਹੈ, ਬਾਕੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ, ਸਾਰਾ ਗੇਅਰ ਗੂਰ ਵਗੈਰਾ ਵਧੀਆ ਕੰਡੀਸ਼ਨ 'ਚ ਪਿਆ, ਕੋਈ ਲੀਕੇਜ ਵਗੈਰਾ ਨਹੀਂ ਹੈਗੀ ਟਰੈਕਟਰ ਦੇ ਵਿੱਚ। ਕਾਗਜ਼ ਪੱਤਰ ਵਗੈਰਾ ਸਾਰੇ ਮੌਕੇ 'ਤੇ ਤੁਹਾਨੂੰ ਪੂਰੇ ਮਿਲਣਗੇ, ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ। ਇੰਜਨ ਦੀਆਂ ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ, ਤੁਸੀਂ ਨੋਟਸਾਰ ਦੇਖ ਸਕਦੇ ਹੋ, ਵਧੀਆ ਕੰਡੀਸ਼ਨ ਦੇ ਵਿੱਚ ਸਾਰਾ। ਬਾਕੀ ਬ੍ਰੇਕਾਂ ਵਗੈਰਾ ਦਾ ਕੰਮ ਸਾਰਾ ਕਰਵਾਇਆ ਹੋਇਆ, ਅਤੇ ਵੀਰਾਂ ਨੇ ਰੇਟ ਰੱਖਿਆ ਟਰੈਕਟਰ ਦਾ 1,60,000 ਰੁਪਇਆ, ਬਾਕੀ ਮੌਕੇ 'ਤੇ ਐਡਜਸਟ ਹੋ ਜੂਗਾ। ਅਤੇ ਵੀਰਾਂ ਦਾ ਏਰੀਆ ਜੋ ਉਹ ਗਿੱਦੜਵਾਹਾ ਜੋ ਕਿ ਡਿਸਟ੍ਰਿਕਟ ਮੁਕਤਸਰ ਸਾਹਿਬ ਦੇ ਵਿੱਚ ਪੈਂਦਾ ਹੈ। ਬਾਕੀ ਵੀਰਾਂ ਦਾ ਮੋਬਾਈਲ ਨੰਬਰ ਹੈ ਜੋ ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜਿੱਥੋਂ ਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ। ਟਰੈਕਟਰ ਸੰਬੰਧੀ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਇਸੇ ਨੰਬਰ 'ਤੇ ਉਹਨਾਂ ਨਾਲ ਕੰਟੈਕਟ ਕਰਕੇ ਬਾਕੀ ਜਾਣਕਾਰੀ ਵੀ ਲੈ ਸਕਦੇ ਹੋ ਟਰੈਕਟਰ ਬਾਰੇ। ਬਾਕੀ ਪੰਜਾਬ ਨੰਬਰ ਹੈ ਟਰੈਕਟਰ, ਐਕਸਟਰਾ ਬੰਪਰ ਵਗੈਰਾ ਲੱਗਿਆ ਹੋਇਆ, ਲਾਈਟਾਂ ਰੂਟਾਂ ਵਗੈਰਾ ਸਿੰਪਲੀ ਨੇ ਜੋ ਨਾਲ ਨੇ, ਬਾਕੀ ਮਿਊਜ਼ਿਕ ਸਿਸਟਮ ਵਗੈਰਾ ਲੱਗਿਆ ਹੋਇਆ। ਅਤੇ ਡੈਮੇਜ ਵਗੈਰਾ ਦੀ ਗੱਲ ਕਰੀਏ, ਮਗਰਾਟ ਵਗੈਰਾ ਰਿੰਬ ਵਗੈਰਾ ਵਧੀਆ ਕੰਡੀਸ਼ਨ ਦੇ ਵਿੱਚ ਪਏ ਨੇ, ਕੋਈ ਡੈਮੇਜ ਵਗੈਰਾ ਟੁੱਟ ਭੱਜ ਨਹੀਂ ਹੋਈ, ਅਤੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਬੈਟਰੀ ਵਗੈਰਾ ਸਾਰੀ। ਹਾਂਜੀ ਵੀਰੋ, ਜਿੱਥੋਂ ਕੋਈ ਵੀ ਸਾਧਨ ਤੁਸੀਂ ਐਡ ਦੇ ਜ਼ਰੀਏ ਖਰੀਦਦੇ ਹੋ ਤਾਂ ਉਹਦੇ ਕਾਗਜ਼ ਪੱਤਰ ਵਗੈਰਾ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਿਆ ਕਰੋ, ਤਾਂ ਕਿ ਖਰੀਦੇ ਹੋਏ ਸਾਧਨ ਦੇ ਬਾਅਦ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ, ਪਹਿਲਾਂ ਹੀ ਸਾਰੇ ਕਾਗਜ਼ ਪੱਤਰ ਜ਼ਰੂਰ ਚੈੱਕ ਕਰ ਲਿਆ ਕਰੋ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ ਲੇਜ਼ਰ ਲੇਬਰਰ ਬਾਰੇ। ਇਹ ਕੰਪਿਊਟਰ ਕਰਾਹਾ ਵੀਰੋ 2014 ਮਾਡਲ ਹੈ। ਬਾਕੀ ਕਰਾਹੇ ਦੇ ਟਾਇਰਾਂ ਬਾਰੇ ਗੱਲ ਕਰੀਏ, 80 ਪੈਸੇ ਟਾਇਰ ਨੇ, ਸਾਫ਼ ਸੁਥਰੇ ਵਧੀਆ ਕੰਡੀਸ਼ਨ ਵਿੱਚ, ਬਦਾਗ ਟਾਇਰ ਨੇ, ਵਧੀਆ ਕੰਡੀਸ਼ਨ ਦੇ ਵਿੱਚ ਪਏ ਨੇ। ਬਾਕੀ ਜਗਜੀਤ ਕੰਪਨੀ ਦਾ ਕਰਾਹਾ ਹੈ, ਬਾਕੀ ਜੋ ਉੱਪਰ ਸਮਾਨ ਲੱਗਿਆ ਮਸ਼ੀਨਾਂ ਵਗੈਰਾ ਲੱਗੀਆਂ ਨੇ ਉਹ ਅਲਫਾ ਕੰਪਨੀ ਦੀਆਂ ਮਸ਼ੀਨਾਂ ਲੱਗੀਆਂ ਨੇ, ਅਲਫਾ ਦੀਆਂ। ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਸਾਰਾ ਕਰਾਹਾ, ਕੋਈ ਪ੍ਰੋਬਲਮ ਵਗੈਰਾ ਨਹੀਂ, ਸਾਰਾ ਓਰੀਜਨਲ ਕਰਾਹਾ ਹੈ। ਅਤੇ ਅਲਫਾ ਕੰਪਨੀ ਦੀਆਂ ਦੁਬਾਰਾ ਸੈੱਟ ਲੱਗਿਆ ਹੋਇਆ ਸਾਰਾ, ਪਹਿਲਾਂ ਵੀ ਨਾਲ ਅਲਫਾ ਕੰਪਨੀ ਦਾ ਸੈੱਟ ਆਇਆ ਸੀਗਾ। ਅਤੇ ਬਾਕੀ ਕਿਰਾਏ ਤੁਸੀਂ ਮੌਕੇ 'ਤੇ ਸਾਰਾ ਚੈੱਕ ਕਰਕੇ ਖਰੀਦ ਸਕਦੇ ਹੋ, ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਸਾਰਾ, ਕੋਈ ਪ੍ਰੋਬਲਮ ਵਗੈਰਾ ਨਹੀਂ ਹੈਗੀ, ਕੋਈ ਰੇਂਜ ਰੂਜ ਵਗੈਰਾ ਤੋੜਨ ਦੀ ਪ੍ਰੋਬਲਮ ਨਹੀਂ, ਅਤੇ ਬਾਕੀ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਸਾਰਾ। ਬਾਕੀ ਰੇਟ ਰੱਖਿਆ ਵੀਰਾਂ ਨੇ ਕਿਰਾਏ ਦਾ 1,70,000 ਰੁਪਇਆ। ਵੀਰਾਂ ਦਾ ਏਰੀਆ ਜੋ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਜੀਰਾ ਏਰੀਆ ਵੀਰਾਂ ਦਾ। ਅਤੇ ਵੀਰਾਂ ਦਾ ਮੋਬਾਇਲ ਨੰਬਰ ਹੈ ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋਅ ਹੋ ਰਿਹਾ, ਜਿੱਥੋਂ ਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਲੇਜ਼ਰ ਲੇਬਰਰ ਨੂੰ ਖਰੀਦ ਸਕਦੇ ਹੋ। ਬਾਕੀ ਮਸ਼ੀਨਾਂ ਵਗੈਰਾ ਦੀਆਂ ਸਕਰੀਨ 'ਤੇ ਫੋਟੋਆਂ ਸ਼ੋਅ ਹੋ ਰਹੀਆਂ ਨੇ, ਜੋ ਤੁਸੀਂ ਦੇਖ ਸਕਦੇ ਹੋ ਸਾਰੀਆਂ ਮਸ਼ੀਨਾਂ ਵਗੈਰਾ ਵਧੀਆ ਕੰਡੀਸ਼ਨ ਦੇ ਵਿੱਚ ਪਈਆਂ ਨੇ, ਕੋਈ ਪ੍ਰੋਬਲਮ ਵਗੈਰਾ ਨਹੀਂ, ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਚੱਲਦੀਆਂ ਨੇ ਸਾਰੀਆਂ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ 16 ਫੁੱਟ ਟਰਾਲੇ ਬਾਰੇ। ਇਹ ਟਰਾਲਾ 16 ਫੁੱਟ ਲੰਬਾ ਹੈ, 7 ਫੁੱਟ ਚੌੜਾ ਹੈ, ਵਧੀਆ ਕੰਡੀਸ਼ਨ ਦੇ ਵਿੱਚ ਸਾਰਾ, ਤੂੜੀ ਵਾਲੇ ਭੂੰਗ ਵਾਲਾ ਟਰਾਲਾ ਇਹ। ਬਾਕੀ ਟਾਇਰਾਂ ਬਾਰੇ ਗੱਲ ਕਰੀਏ, ਟਰਾਲੇ ਦੇ ਚਾਰੇ ਟਾਇਰ ਬਿਲਕੁਲ ਨਵੇਂ ਸਾਫ਼ ਸੁਥਰੇ ਬਦਾਗ ਪੱਕੇ ਟਾਇਰ ਨੇਗੇ, ਨਿਊ ਟਾਇਰ ਨੇ ਬਿਲਕੁਲ। ਬਾਕੀ ਰੇਲ ਦਾ ਗੋਲ ਹਿੱਸਾ ਲੱਗਿਆ ਹੋਇਆ ਟਰਾਲੇ ਨੂੰ, ਅਤੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ। ਬਾਕੀ 34 ਫੁੱਟ ਉੱਚਾ ਹੋ ਜਾਂਦਾ ਟਰਾਲਾ, ਬਿੱਡਾਂ ਸਮੇਤ ਜਦੋਂ ਭਰਿਆ ਜਾਂਦਾ 34 ਫੁੱਟ ਤੱਕ ਦਾ ਬਿੱਡ ਹੈ ਇਹਦਾ ਟਰਾਲੇ ਦਾ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ। ਬਾਕੀ ਜਿਹੜਾ ਸਮਾਨ ਨਾਲ ਮਿਲੂਗਾ, ਬਿੱਡ ਵਗੈਰਾ ਨਾਲ ਮਿਲਣਗੇ, ਤਰਪਾਲ ਨਾਲ ਮਿਲੂਗੀ ਤੁਹਾਨੂੰ ਟਰਾਲੇ ਦੇ, ਅਤੇ ਪੂਰਾ ਵਧੀਆ ਹੈਵੀ ਬਿੱਡ ਲੱਗਿਆ ਹੋਇਆ, ਪੂਰਾ ਵਧੀਆ ਹੈਵੀ ਟਰਾਲਾ ਹੈਗਾ, ਕੋਈ ਟੁੱਟ ਭੱਜ ਨਹੀਂ ਹੋਈ, ਚਾਦਰ ਵਗੈਰਾ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ, ਵਧੀਆ ਟਰਾਲੇ ਦੀ ਚਾਦਰ ਪਈ ਹੈਗੀ। ਬਾਕੀ ਟਾਇਰ ਟੂਰ ਵਗੈਰਾ ਸਾਫ਼ ਸੁਥਰੇ ਵਧੀਆ ਟਾਇਰ ਪਏ ਨੇ। ਬਾਕੀ ਜਿਹੜਾ ਅੱਗੇ ਨੂੰ ਗਾਟਾ ਨਿਕਲਦਾ ਟਰਾਲੇ ਦਾ ਭਰੇ ਤੋਂ ਬਾਅਦ, 10 ਫੁੱਟ ਅੱਗੇ ਨੂੰ ਗਾਟਾ ਨਿਕਲਦਾ ਟਰਾਲੇ ਦਾ ਤੂੜੀ ਭਰੇ ਤੋਂ ਬਾਅਦ, ਤੂੜੀ ਵਾਲਾ ਭੂੰਗ ਵਾਲਾ ਟਰਾਲਾ ਹੈ, ਪੂਰੇ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ। ਬਾਕੀ ਵੀਰਾਂ ਨੇ ਰੇਟ ਰੱਖਿਆ ਟਰਾਲੇ ਦਾ 3,00,000 ਰੁਪਇਆ। ਵੀਰਾਂ ਦਾ ਏਰੀਆ ਜੋ ਪਿੰਡ ਮੀਰਪੁਰ ਖੁਰਦ ਜੋ ਕਿ ਡਿਸਟ੍ਰਿਕਟ ਮਾਨਸਾ ਦੇ ਵਿੱਚ ਪੈਂਦਾ ਹੈ। ਵੀਰਾਂ ਦਾ ਮੋਬਾਇਲ ਨੰਬਰ ਆਇਓ ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜਿੱਥੋਂ ਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਟਰਾਲੇ ਨੂੰ ਖਰੀਦ ਸਕਦੇ ਹੋ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਗੁਰੂ ਨਾਨਕ 985 ਕੰਪਾਈਨ ਬਾਰੇ। ਇਹ ਕੰਪਾਈਨ ਵੀਰੋ 2008 ਮਾਡਲ ਹੈ। ਟਾਇਰਾਂ ਦੀ ਕੰਡੀਸ਼ਨ ਕੰਪਾਈਨ ਦੇ 45 ਪੈਸੇ ਟਾਇਰ ਨੇ, ਸਾਫ਼ ਸੁਥਰੇ ਵਧੀਆ ਕੰਡੀਸ਼ਨ ਦੇ ਵਿੱਚ, ਵਿਦਾਗ ਪੱਕੇ ਟਾਇਰ ਨੇ। ਅਤੇ ਬਾਕੀ ਡਿਸਪੋਜ਼ਲ ਦਾ ਇੰਜਨ ਹੈ ਮਸ਼ੀਨ ਦੇ ਵਿੱਚ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਇੰਜਨ ਆ, ਕੋਈ ਲੀਕੇਜ ਵਗੈਰਾ ਨਹੀਂ, ਕੋਈ ਖਰਾਬੀ ਵਗੈਰਾ ਨਹੀਂ, ਗੇਅਰ ਗੂਰ ਦਾ ਕੰਮ ਸਾਰਾ ਬਿਲਕੁਲ ਓਕੇ ਆ। ਅਤੇ ਰੰਗ ਪੇਂਟ ਦੀ ਗੱਲ ਕਰੀਏ, ਮਸ਼ੀਨ ਦਾ ਰੰਗ ਪੇਂਟ ਹੈ ਜੋ ਓਰੀਜਨਲ ਰੰਗ ਪੇਂਟ ਹੈ, ਕੋਈ ਰੰਗ ਪੇਂਟ ਨਹੀਂ ਹੋਇਆ, ਨਾਲ ਦਾ ਰੰਗ ਪੇਂਟ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਸਾਰੀ ਮਸ਼ੀਨ। ਅਤੇ ਪੰਜਾਬ ਨੰਬਰ ਹੈ, ਕਾਗਜ਼ ਪੱਤਰ ਵਗੈਰਾ ਮਸ਼ੀਨ ਦੇ ਤੁਹਾਨੂੰ ਮੌਕੇ 'ਤੇ ਪੂਰੇ ਮਿਲਣਗੇ, ਕੋਈ ਪ੍ਰੋਬਲਮ ਵਗੈਰਾ ਨਹੀਂ ਕਾਗਜ਼ ਪੱਤਰਾਂ ਦੇ ਵਿੱਚ, ਅਤੇ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਮਸ਼ੀਨ ਦੇ ਵਿੱਚ। ਬਾਕੀ ਅੰਦਰੋਂ ਕੰਡੀਸ਼ਨ ਦੀ ਗੱਲ ਕਰੀਏ, ਦਾਣੇ ਵਾਲੀ ਟੈਂਕੀ ਵਗੈਰਾ, ਜਾਲ ਵਗੈਰਾ, ਅਤੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਸਾਰਾ, ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਸਾਰੀ। ਅਤੇ ਬਾਕੀ ਵੀਰਾਂ ਨੇ ਰੇਟ ਰੱਖਿਆ ਕੰਪੈਨ ਦਾ 6,15,000 ਰੁਪਇਆ। ਵੀਰਾਂ ਦਾ ਏਰੀਆ ਜੋ ਮੁਕਤਸਰ ਸਾਹਿਬ ਏਰੀਆ ਉਹਨਾਂ ਦਾ। ਵੀਰਾਂ ਦਾ ਮੋਬਾਇਲ ਨੰਬਰ ਹੈ ਜੋ ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜਿੱਥੋਂ ਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਕੰਪਾਈਨ ਨੂੰ ਖਰੀਦ ਸਕਦੇ ਹੋ। ਹਾਂਜੀ ਵੀਰੋ, ਧੰਨਵਾਦ ਆਪਣੀ ਵੀਡੀਓ ਨੂੰ ਪੂਰਾ ਦੇਖਣ ਲਈ।
ਅਤੇ ਆਪਣੀ ਵੀਡੀਓ ਨੂੰ ਜਲਦ ਤੋਂ ਜਲਦ ਸ਼ੇਅਰ ਵੀ ਕਰ ਦਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇੱਕ ਚੰਗਾ ਜਿਹਾ ਕਮੈਂਟ ਅਤੇ ਇੱਕ ਲਾਈਕ ਦਾ ਬਟਨ ਜ਼ਰੂਰ ਛੱਡ ਕੇ ਜਾਓ ਅਤੇ ਇਹ ਵੀ ਦੱਸੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਧੰਨਵਾਦ ਵੀਰੋ।